ਬਾਲੀਵੁੱਡ ਫਿਲਮ ਦੇ ਵਿੱਚ ਪੰਜਾਬੀ ਗੀਤ ਅਰਜਨ ਵੈਲੀ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ। ਪੰਜਾਬ ਦਾ ਜੰਪਲ ਅਰਜਨ ਵੈਲੀ ਜੋ ਕਿ ਲੁਧਿਆਣਾ ਦੇ ਪਿੰਡ ਰੋੜਕਾ ਦਾ ਰਹਿਣ ਵਾਲਾ ਸੀ, ਦੇਖ ਅਜਿਹੀ ਕਿ ਆਲੇ ਦੁਆਲੇ ਚਰਚੇ ਹੋ ਗਏ। ਦੇਖਦੇ ਹੀ ਦੇਖਦੇ ਲੋਕਾਂ ਨੇ ਲੋਕ ਨਾਇਕ ਬਣਾ ਦਿੱਤਾ। ਲੋਕ ਗੂਗਲ ਤੇ ਸਰਚਾ ਮਾਰ ਮਾਰ ਕੇ ਅਰਜਨ ਵੈਲੀ ਬਾਰੇ ਜਾਣ ਰਹੇ ਨੇ ਤੇ ਹਰ ਕੋਈ ਜਾਣਨ ਦਾ ਇੱਛੁਕ ਹੈ ਕਿ ਆਖਿਰਕਾਰ ਅਰਜਨ ਵੈਲੀ ਹੈ ਕੌਣ ਸੀ, ਜਿਸ ਦੇ ਨਾਮ ਅਤੇ ਜਿਸ ਦੇ ਕੰਮਾਂ ਦਾ ਜ਼ਿਕਰ ਗਾਣੇ ਦੇ ਰਾਹੀਂ ਬਾਲੀਵੁੱਡ ਫਿਲਮ ਐਨੀਮਲ ਦੇ ਵਿੱਚ ਹੋਇਆ। ਰਣਵੀਰ ਕਪੂਰ ਅਤੇ ਬੌਬੀ ਦਿਓਲ ਇਸ ਫਿਲਮ ਦੇ ਮੁੱਖ ਕਿਰਦਾਰ ਨੇ। ਗੀਤ ਇੰਨਾ ਪਸੰਦ ਕੀਤਾ ਗਿਆ ਕਿ ਅਰਜਨ ਵੈਲੀ ਦੇ ਪਿੰਡ ਰੋੜਕਾ ਦੇ ਲੋਕ ਆਪਣੇ ਆਪ 'ਤੇ ਮਾਣ ਮਹਿਸੂਸ ਕਰਨ ਲੱਗੇ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਿੰਡ ਰੋੜਕਾ ਅਤੇ ਇੱਥੋਂ ਦੇ ਲੋਕ ਨੇ ਜੋ ਅਰਜਨ ਵੈਲੀ ਦੇ ਪੁਰਾਣੇ ਕਿੱਸਿਆਂ ਨੂੰ ਸਾਂਝਾ ਕਰ ਰਹੇ ਨੇ। ਬਜ਼ੁਰਗ ਦੱਸਦੇ ਨੇ ਕਿ ਅਰਜਨ ਵੈਲੀ 1878 ਦੇ ਵਿੱਚ ਜਨਮੇ ਅਤੇ ਇਹਨਾਂ ਦੀ ਮੌਤ 1968 ਵਿੱਚ ਹੋਈ। ਪਿੰਡ ਵਾਲਿਆਂ ਦੇ ਮੁਤਾਬਿਕ ਅਰਜਨ ਵੈਲੀ ਨਿੱਘੇ ਸੁਭਾਅ ਦੇ ਮਾਲਕ ਸਨ। ਪਿੰਡ ਵਾਲੇ ਅਰਜਨ ਵੈਲੀ ਨੂੰ ਅਰਜਨ ਬਾਬਾ ਕਹਿ ਕੇ ਸੰਬੋਧਨ ਕਰਦੇ ਨੇ। ਆਖਿਰਕਾਰ ਕਿਵੇਂ ਇੰਨੀ ਚਰਚਾ ਅਤੇ ਇੰਨੀ ਚੜ੍ਹਤ ਹੋਈ ਅਰਜਨ ਵੈਲੀ ਦੀ, ਕਿਵੇਂ ਇੰਨੀ ਦਿਨੀ ਮੁੜ ਫੇਮਸ ਹੋਇਆ ਇਹ ਕਿਰਦਾਰ, ਤੁਸੀਂ ਵੀ ਸੁਣੋ ਰੋੜਕਾ ਪਿੰਡ ਦੇ ਲੋਕਾਂ ਤੋਂ ਅਤੇ ਅਰਜਨ ਵੈਲੀ ਦਾ ਪਰਿਵਾਰ ਦੱਸ ਰਹੇ ਬਜ਼ੁਰਗਾਂ ਤੋਂ ਅਸਲ ਸੱਚਾਈ। ਕਰਨੈਲ ਜੰਗ ਸਿੰਘ। ਅੱਛਾ, ਕੀ ਲੱਗਦੇ ਹੋ ਤੁਸੀਂ ਅਰਜਨ ਜਿਹੜੇ ਬਾਬਾ ਜੀ ਨੇ ਉਹਨਾਂ ਦੇ ਕੀ ਲੱਗਦੇ? ਪੜਦਾਦੇ, ਪੜਦਾਦਾ ਜੀ ਸਾਡਾ ਉਹ। ਤੁਹਾਡਾ ਪੜਦਾਦਾ ਜੀ ਸੀਗੇ ਜੀ। ਅੱਛਾ, ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ, ਕਿੱਦਾਂ ਦਾ ਰਹਿਣਾ ਸਹਿਣਾ ਸੀ? ਬਹੁਤ ਵਧੀਆ ਸੁਭਾਅ ਸੀ, ਨਿੱਘਾ ਸੁਭਾਅ ਸੀ। ਅੱਛਾ, ਉਹਨਾਂ ਦੇ ਨਾਲ ਦੇ ਮਗਰ ਬੈਲੀ ਕਿਉਂ ਲੱਗਿਆ, ਕੀ ਕਾਰਨ ਸੀਗਾ ਜੀ? ਕਾਰਨ ਉਹ ਹੈ ਬਈ, ਚਾਹੇ ਅਨਪੜ੍ਹ ਲਾ ਲਓ, ਲੋਕ ਕਿੱਧਰ ਨੂੰ ਹੋ ਜਾਂਦੇ ਨੇ, ਉੱਧਰ ਨੂੰ ਕਿਸੇ ਨੂੰ ਬੈਲੀ ਕਹਿੰਦੇ ਨੇ, ਕਿਸੇ ਨੂੰ ਧਰਮੀ ਕਹਿੰਦੇ ਨੇ। ਗਰੀਬ ਗੁਰਬੇ ਦੀ ਮਦਦ ਕਰਦੇ ਸੀ? ਹਾਂ, ਗਰੀਬ ਗੁਰਬੇ ਦੀ ਪੂਰੀ ਮਦਦ। ਕਹਿੰਦੇ ਕਿ ਉਹ ਉਹਨਾਂ ਦੇ ਇੱਕ ਦੋਸਤ ਸੀਗਾ ਮੁਸਲਮਾਨ, ਉਹ ਨਾਲ ਹੀ ਰਹਿੰਦਾ ਸੀ ਜਦ ਉਹਦੇ ਹਰ ਟਾਈਮ। ਫਿਰ ਜਦ ਹੱਲਾ ਛੱਲਾ ਪਿਆ ਉਹਨਾਂ 'ਤੇ, ਫਿਰ ਉਹਨਾਂ ਦੀ ਬਹੁਤ ਕੀਤੀ ਹੈ ਮਦਦ। ਉਹਨਾਂ ਨੂੰ ਛੱਡ ਕੇ ਵੀ ਜਾਂਦਾ ਰਾਤ ਨੂੰ, ਐਹ ਰਾਤ ਰੱਖੇ ਵੀ ਨੇ ਆਪਦੇ ਘਰੇ, ਇਹ ਦੂਜੀ ਰਾਤ ਛੱਡ ਕੇ ਆਉਂਦੇ ਨੇ। ਕਹਿੰਦੇ ਕੋਈ ਅਮਾਨਤ ਵੀ ਸੀ ਉਹਨਾਂ ਦੀ? ਹਾਂ, ਉਹਨਾਂ ਉਹ ਬਾਅਦ 'ਚ ਉਹਦਾ ਮੁੰਡਾ ਲੈ ਕੇ ਗਿਆ। ਅੱਛਾ ਜੀ, ਕਈ ਸਾਲ ਬਾਅਦ ਲੈ ਕੇ ਗਿਆ ਉਹ ਮੇਰਾ। ਅੱਛਾ, ਅਮਾਨਤ ਵੀ? ਹਾਂ। ਅੱਛਾ, ਜਿੱਦਾਂ ਹੁਣ ਗਾਣਿਆਂ 'ਚ ਜ਼ਿਕਰ ਆਉਂਦਾ ਵਾ, ਕਿੰਨਾ ਕੁ ਵਧੀਆ ਲੱਗਦਾ ਜੀ? ਪੁਰਾਣੀ ਗੱਲ ਤਾਂ ਉਹੀ ਵਧੀਆ ਲੱਗਦੀ ਹੈ ਪੁਰਾਣੇ ਬੰਦਿਆਂ ਨੂੰ, ਹੁਣ ਚੱਕਵੇਂ ਗਾਣਾ ਥੋੜ੍ਹੋ ਆ, ਇਹ ਤਾਂ ਪਹਿਲੇ ਤਾਂ ਅੰਦਰੋਂ ਤਾਂ ਲੂਰ ਉੱਠਦੇ ਨੇ। ਬਸ ਗਾਣਾ ਤਾਂ ਪਹਿਲਾਂ ਹੀ ਸੁਣਿਆ ਜਿਹੜਾ ਪੁੱਤ ਜੱਟਾਂ ਦੀ ਫਿਲਮ 'ਚ ਆਇਆ ਸੀਗਾ, ਆਹ ਹੁਣ ਵਾਲਾ ਤਾਂ ਨਹੀਂ ਗਾਣਾ ਸੁਣਿਆ ਹੈਗਾ ਹਜੇ, ਸੁਣ ਲਵਾਂਗੇ ਜੀ ਹੁਣ। ਹਾਂਜੀ, ਜਾਣਦੇ ਹੋ ਅਰਜਨ ਜੀ? ਅਰਜਨ ਪਹਿਲੀ, ਹਾਂ, ਸਾਡੇ ਘਰਾਂ ਦੇ ਸੀਗੇ ਜੀ, ਮਤਲਬ ਸਾਡੇ ਕੋਲ ਘਰ ਇਹਨਾਂ ਦਾ, ਵੀਰ ਉਹਨਾਂ ਦਾ, ਅਤੇ ਇਹਨਾਂ ਦੇ ਪੜਦਾਦਾ ਸੀਗੇ, ਬਸ ਸਾਡੇ ਵੀ ਪੜਦਾਦਾ ਹੀ ਸਮਝੋ। ਭਾਅ ਕਹਿੰਦੇ ਜੀ ਬਹੁਤ ਵਧੀਆ ਸੀਗਾ, ਪਹਿਲਾਂ ਬੈਲੀ ਕਹਿੰਦੇ ਹੁੰਦੇ ਸੀਗੇ, ਬਾਅਦ 'ਚ ਫਿਰ ਜਦੋਂ ਪਿੰਡ 'ਚ ਬੱਚਿਆਂ ਨੂੰ ਜੋੜੀਆਂ ਰੇੜੀਆਂ ਬਣਦਾ ਸੀ, ਬਾਬਾ ਜੀ ਕਹਿਣ ਲੱਗੇ ਸੀ ਨਾਲ ਪਿੰਡ ਦੇ ਬੰਦੇ ਉਹਨਾਂ ਨੂੰ, ਬੱਚੇ ਬੁੱਚੇ, ਅਤੇ ਕਹਿੰਦੇ ਜਗਰਾਓਂ ਕੋਈ ਲੜਾਈ ਹੋਈ ਸੀ ਰੋਸ਼ਨੀ, ਉੱਥੋਂ ਨਾਂ ਉਹਨਾਂ ਦਾ ਬੈਲੀ ਪੈ ਗਿਆ ਸੀਗਾ ਜੀ। ਹਾਂਜੀ। ਅੱਛਾ, ਅਮਰਤ ਹਾਂ ਕਹਿੰਦੇ ਜੀ, ਉਹ ਜੋਗਿੰਦਰਪਾਲ ਜੀ ਨੇ ਦੱਸਿਆ, ਉੱਥੋਂ ਸਾਡੇ ਭਰਾ ਨੇ ਕੈਨੇਡਾ 'ਚੋਂ, ਕਹਿੰਦੇ ਵੀ 1920-21 ਦੇ ਵਿੱਚ ਜਾ ਕੇ ਇਹਨਾਂ ਨੇ ਅੰਮ੍ਰਿਤਸਰ ਲਿਆ ਸੀ। ਕਿੱਦਾਂ ਬਹੁਤ ਖੁਸ਼ੀ ਹੈ ਜੀ, ਸਾਡੇ ਪਿੰਡ ਦਾ ਵਿਆਹ ਵਾਲਾ ਮਾਹੌਲ ਬਣਿਆ ਪਿਆ ਵਾ। ਹਾਂਜੀ, ਬਹੁਤ ਫੋਨ ਆਉਂਦੇ ਨੇ ਘਰ ਦੇ ਵਿੱਚ, ਪ੍ਰਿਤਪਾਲ ਕੇ, ਜੋਗਿੰਦਰਪਾਲ ਕੇ, ਕਰਨੈਲ ਵੀਰ ਕੇ, ਇਹਨਾਂ ਦੇ ਘਰਾਂ 'ਚ ਫੋਨ ਆਉਂਦੇ ਨੇ, ਸਾਡੇ ਸਰਪੰਚ ਮਹਾਸ਼ ਉਹਨੂੰ ਫੋਨ ਆਉਂਦੇ ਨੇ, ਪੱਤਰਕਾਰ ਵੀਰਾਂ ਦੇ ਬਹੁਤ ਫੋਨ ਆਉਂਦੇ ਨੇ। ਮੇਰਾ ਨਾਮ ਮਹਾਂ ਸਿੰਘ ਆ ਜੀ, ਮੈਂ ਸਾਬਕਾ ਸਰਪੰਚ ਆ, ਹੁਣ ਮੇਰੀ ਵਾਈਫ ਸਰਪੰਚ ਆ ਜੀ ਇਸ ਟਾਈਮ। ਅੱਛਾ, ਤੁਹਾਡੇ ਪਿੰਡ ਦੇ ਕਹਿੰਦਾ ਇੱਕ ਬੰਦੇ ਦਾ ਜਿਹੜਾ ਹੁਣ ਗਾਣੇ ਦੇ ਜ਼ਿਕਰ ਚੱਲ ਰਿਹਾ ਵਾ, ਜਿਹਨਾਂ ਨੂੰ ਅਰਜਨ ਬੈਲੀ ਜਾਂ ਉਹਨੂੰ ਤੁਸੀਂ ਅਰਜਨ ਬਾਬਾ ਜੀ ਕਹਿੰਦੇ ਨੇ, ਤੁਹਾਡੇ ਨਾਲ ਦੇ ਕਿੱਦਾਂ ਦੇਖਦੇ ਹੋ, ਕਿੱਦਾਂ ਦਾ ਮਹਿਸੂਸ ਕਰਦਾ? ਅਰਜਨ ਬਾਬਾ ਜੀ ਸਾਡੇ ਪਿੰਡ ਦੇ ਸੀਗੇ ਜੀ, ਸਾਡੇ ਪਿੰਡ 'ਚ ਬਿਰਕ ਗੋਤ ਆ ਜੀ, ਸਾਡੀ ਪੱਤੀ ਸਿੱਧੋ ਆ ਜੀ, ਸਾਡੀ ਪੱਤੀ ਦੇ ਸੀਗੇ ਜੀ, ਸਾਡੇ ਘਰਾਂ 'ਚੋਂ ਸੀਗੇ ਜੀ, ਬਹੁਤ ਵਧੀਆ ਲੱਗਦਾ ਜੀ। ਬਹੁਤ ਫੋਨ ਆਉਂਦੇ ਆ ਜੀ, ਬਹੁਤ ਪੱਤਰਕਾਰਾਂ ਦੇ ਵੀ ਫੋਨ ਆਉਂਦੇ ਆ, ਬਹੁਤ ਬੰਦੇ ਪੁੱਛਦੇ ਵੀ ਬਾਬਾ ਤੁਹਾਡੇ ਅਰਜਨ ਬੈਲੀ ਤੁਹਾਡੇ ਪਿੰਡ ਦਾ ਹੀ ਆ, ਹਰੇਕ ਨੂੰ ਦੱਸੀਦਾ ਵੀ ਹਾਂ ਸਾਡੇ ਪਿੰਡ ਦਾ ਹੀ ਆ ਜੀ, ਪਰ ਸਾਡਾ ਸਾਰਾ ਪਿੰਡ ਗੋਤ ਵੀ ਬਿਰਕਾ ਸਾਡੇ ਪਿੰਡ ਦਾ ਜੀ, ਚਾਰ ਪੱਤੀਆਂ ਨੇ ਸਾਡੇ ਪਿੰਡ ਦੀਆਂ ਜੀ। ਅੱਛਾ, ਜਿਸ ਤਰ੍ਹਾਂ ਹੁਣ ਜਿਹੜਾ ਗਾਣਿਆਂ 'ਚ ਜ਼ਿਕਰ ਆਉਂਦਾ ਜਾਂ ਪਹਿਲਾਂ, ਚਲੋ ਉਮਰ ਤੁਹਾਡੀ ਘੱਟ ਆ, ਕਿਸ ਤਰ੍ਹਾਂ ਤੁਹਾਨੂੰ ਕਦੋਂ ਤੁਹਾਡੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ? ਸਾਨੂੰ ਪਿੰਡ ਬਜ਼ੁਰਗਾਂ ਤੋਂ ਪਤਾ ਲੱਗਦਾ ਜੀ, ਸਾਡਾ ਸ਼ੇਰ ਸਿੰਘ ਹੁੰਦਾ ਸੀ ਇੱਕ ਬਾਬਾ, ਉਹ ਦੱਸਦਾ ਹੁੰਦਾ ਸੀ ਵੀ ਰਲਾ ਤੇਲੀ ਬਾਬੇ ਦਾ ਬਹੁਤ ਆੜੀ ਹੁੰਦਾ ਸੀ, ਇਹ ਇਕੱਠੇ ਜਦੋਂ ਵੀ ਕਿਤੇ ਜਾਂਦੇ ਸੀਗੇ ਇਕੱਠੇ ਜਾਂਦੇ ਸੀਗੇ, ਜਿਵੇਂ ਸਾਡੇ ਸਪਾਰ ਦਾ ਮੇਲਾ ਲੱਗਦਾ ਜਾਂ ਜਗਰਾਉਂ ਦੀ ਰੋਸ਼ਨੀ ਲੱਗਦੀ ਆ, ਬਾਬਾ ਜੀ ਨੂੰ ਸੱਦ ਕੇ ਵੀ ਲਿਜਾਂਦੇ ਹੁੰਦੇ ਸੀਗੇ ਵੀ ਆਓ ਭਾਈ ਆਪ, ਉੱਥੇ ਤੁਹਾਨੂੰ ਪਤਾ ਲੜਾਈਆਂ ਮਾੜੀਆਂ ਮੋਟੀਆਂ
ਹਰੇਕ ਪਿੰਡ ਦੀਆਂ ਉੱਥੇ ਹੁੰਦੀਆਂ ਸੀ ਵੀ ਕਿਹੜਾ ਤਕੜਾ ਕਿਹੜਾ ਮਾੜਾ। ਬਾਬੇ ਦਾ ਹਾਈਟ ਬਹੁਤ ਸੀਗੀ, ਊਂ ਵੀ ਨਰੋਆ ਸੀ ਬਹੁਤ ਜ਼ਿਆਦਾ ਜੀ।